ਸੀਗਾ ਕੋਈ ਨੀ ਆਪਾਂ ਨੂੰ ਲੈਣ ਲੂਣ ਆਉਂਦਾ, ਵੇਖ ਲਾ ਮੁੰਡਾ ਨਾਲੇ ਜਮਾ ਘਰੇ ਹੋਊਗਾ, ਜਮਾ ਨੀ ਗਿਆ, ਨਾਲੇ ਉਹ ਕਿੱਥੇ ਜਾਣ ਦਿੰਦੀ ਹੈ, ਉਹੀ ਤੇ ਬਾਹਰ ਗੱਲ ਆ, ਸਕੂਲ ਨਹੀਂ ਹੈ। ਮੇਰੀਆਂ ਤਾਂ ਹਾਂ ਰੱਤਾਂ ਰਹਿ ਗਈਆਂ ਆਪਣੇ ਤੁਰਦੀ ਦੀਆਂ, ਇੰਨੀ ਵਾਰ ਬਾਹਰ ਤੁਰਨਾ ਕਿਹੜਾ ਤਾਂ ਥੋੜੀ ਸੌਖਾ। ਆ, ਉੱਤੋਂ ਗਰਮੀ ਦੀ ਰੁੱਤ ਹੈ ਪੁੱਤੇ ਦਾ, ਅਜੇ ਤਾਂ ਪਾਣੀ ਦੀ ਬੋਤਲ ਲਈਆਂ ਘੁੱਟ ਪੀਣ ਲਾਈਆਂ, ਨਾ ਮੈਨੂੰ ਤਾਂ ਕੋਈ ਘਰੇ ਵੀ ਨਹੀਂ ਦੀਦਾ ਨੀ ਚੁੱਕ ਕੇ ਤਾਲ ਪੀਣ ਲੱਗ ਜਾਂਦਾ, ਹੈ ਕੁੜੀ। ਅੰਦਰ ਹੀ ਹੋਊ ਉਹਨੇ ਕਿੱਥੇ ਜਾਣਾ ਜਦੋਂ ਬਾਹਰ ਖੁੱਲਾ ਪਿਆ ਗਾ, ਆ ਜਾ ਲੰਘਿਆ ਮਰਨ ਵਾਲੇ ਹੋ ਗਈ ਸਾਰਾ ਨਜ਼ਾਰਾ। ਵੇਖ ਲਾ ਆ ਉਹੀ ਘਰ ਹੈ ਜਿਹੜਾ ਗਹਿਮਣ ਗਹਿਮਣ ਕਰਦਾ ਸੀ, ਕੀ ਹਾਲ ਬਣਾ ਛੱਡਿਆ, ਕਿਤੇ ਕੁਛ ਸਿੱਟ ਛੱਡਿਆ ਕਿਤੇ ਕੁਛ ਸਿੱਟ ਛੱਡਿਆ, ਉਹੀ ਤਾਂ ਬਾਈ ਗੱਲ ਨਾਲ ਹੈ। ਹੀ ਸੀ ਸਾਰਾ ਕੁਛ ਮੈਂ ਤੈਨੂੰ ਦੱਸਾਂ। ਲੈ ਉਹ ਤਾਂ ਹਾਂ ਕਿੰਨਾ ਵਧੀਆ ਘਰ ਸਮਾਰ ਕੇ ਰੱਖਦਾ ਸੀਗਾ, ਉਹ ਤਾਂ ਹੈ ਬੁੜੀਆਂ ਵਰਗਾ ਸੀ, ਇਹਨੂੰ ਵੀ ਚੱਜ ਦਿੰਦਾ ਸੀ, ਇਹਨੂੰ ਹੁਣ ਡਰ ਨਹੀਂ, ਇਹਨੇ ਕੀ ਕਰਨਾ ਆ ਵੇਖ ਲਾ, ਛੱਟਿਆ ਚੱਕਰ ਵਿਹੜੇ ਸਿੱਟ ਛੱਡਣੇ। ਤੇ ਹੋਰ ਤੇ ਮੈਨੂੰ ਹਾਂ ਤਾਂ ਚੀਜ਼ ਵੀ ਨਹੀਂ ਕਿਤੇ, ਬੋਲ ਮਾਰ ਦੇਖ ਰਹੇ ਇੱਧਰ ਨਾਲੇ ਚੰਗਾ ਭਲਾ ਪਤਾ ਹੈਗਾ। ਉਹੀ ਤਾਂ ਗੱਲ ਹੈ। ਮੁੰਡਾ ਕੀ ਵਿਹਲਾ ਸੀ, ਉਹਨੂੰ 100 ਕੰਮ ਹੈ ਖੇਤਾਂ ਚ। ਲੈ 100 ਕੰਮ ਤਾਂ ਹੈਗੇ ਆ, ਉਹ ਕਹਿੰਦਾ ਸੀ ਕਿ ਮੈਂ ਉਹਨੂੰ ਭੇਜ ਦੂ ਦੂਜੇ ਮੁੰਡੇ ਨੂੰ ਆਪਦੇ ਦੋਸਤ ਨੂੰ ਫੋਨ ਮੈਂ ਕਰਿਆ ਸੀ ਤੈਨੂੰ ਪਤਾ ਅਸੀਂ। ਹੀ ਹੈ ਭੈਣੇ ਮੋਟਰਸਾਈਕਲ ਕਿਹੜਾ ਪਾਣੀ ਤੇ ਚੱਲਦਾ, ਹੁਣ ਤੇਲ ਇੰਨਾ ਮੱਚਦਾ, ਕੱਲਾ ਜਵਾਕ ਹੈ ਕੀ ਕਰੇ। ਤੂੰ ਤਾਂ ਫਿਰ ਉਹੀ ਗੱਲਾਂ ਤੇਰੀਆਂ ਤਾਂ ਨਾ, ਜਿਹੜਾ ਕੋਈ ਹੋਰ ਰਿਸ਼ਤੇਦਾਰ ਆਉਂਦਾ ਉਹਦੀ ਖਾਤਰ ਨਹੀਂ ਤੇਲ ਮੱਚਦਾ, ਤੇਰੇ ਪੇਕਿਆਂ ਤੋਂ ਵੀ ਆਉਂਦੇ ਹੀ ਹੋਣਗੇ। ਭੈਣੇ ਆਡਾ ਨਾ ਲਾਓ ਤੜਕੇ ਤੜਕੇ ਮੇਰੇ ਨਾਲ ਆ ਕੇ, ਗਰਮੀ ਪਹਿਲਾਂ ਹੀ ਬਹੁਤ ਹੈ, ਮੇਰਾ ਤਾਂ ਪਾਲਾ ਬੜਾ ਅੱਡ ਵਧਿਆ ਪਿਆ, ਪਹਿਲਾਂ ਹੀ ਬਿਮਾਰ ਹੋਈ ਪਈ ਆ। ਚੱਲ ਪੱਖਾ ਲਾ ਦੇ, ਮੰਜਾ ਡਾਹ ਦੇ, ਦਮ ਲੈ ਲਈਏ ਅਸੀਂ। ਪੱਖਾ ਕਿੱਥੇ ਲਾ ਦੇ, ਲੈਟ 600 ਯੂਨਿਟ ਕਿਹਾ ਤੇ ਅਸੀਂ ਤਾਂ ਪੂਰੀ ਪੂਰੀ ਮਚਾਉਂਦੇ ਆ ਲੈਟ, ਮੈਂ ਤਾਂ ਆਪ ਗਰਮੀ ਚ ਬੈਠੀ ਆ, ਨਾਲੇ ਪੱਖਾ ਤਾਂ ਖਰਾਬ ਹੋ ਰਿਹਾ, ਆ ਮੰਜਾ ਚੱਕੋ ਉੱਥੇ ਕਿੱਕਰ ਥੱਲੇ ਡਾਲੋ। ਲੈ ਭੈਣੇ ਮੈਂ ਲੈ ਕੇ ਆਉਂਦੀ ਆ ਮੰਜਾ, ਹੋਰ ਗਰਮੀ ਬਾਹਲੀ ਆ, ਮੈਥੋਂ ਤਾਂ ਚੱਕਿਆ ਨਹੀਂ ਜਾਂਦਾ ਮੰਜਾ, ਬਿਮਾਰ ਹੋ ਰਹੀ ਆ ਮੈਂ। ਚੱਕ ਲੇਂਗੀ ਆ ਜਾਣੀ ਭੈਣੇ। ਡਾ ਦੇਣੀ ਭੈਣੇ ਮੰਜਾ ਚ, ਲੈ ਹੋਰ ਭਾਲਦੀ ਆ ਤੂੰ, ਇਹ ਮੰਜੇ ਬੁਣ ਕੇ ਦੇਊਗੀ। ਹੋਰ ਤਾਂ ਰਾਜਪਾਲ ਤਾਂ ਠੀਕ ਰਹਿੰਦਾ? ਠੀਕ ਹੀ ਆ ਭੈਣੇ, ਵਧੀਆ। ਪੂਰੇ ਹੋ ਜਾ, ਬਹਿ ਜਾਣ ਦੇ, ਬਹਿ ਜਾ ਇੱਧਰ। ਇੱਕ ਤਾਂ ਦੇਸਾਂ ਦੀ ਗਰਮੀ, ਤੁਸੀਂ ਇੰਨੀ ਗਰਮੀ ਚ ਆਈਆਂ, ਕੋਈ ਮੀਂਹ ਮੂੰਹ ਪੈ ਜਾਂਦੀਆਂ, ਠੰਡ ਹੋ ਜਾਂਦੀ ਤੇ ਫੇਰ ਆ ਜਾਂਦੀਆਂ। ਕੋਈ ਪੇਕੇ ਉਹਨੂੰ ਵੀ ਡੀਕੀਦਾ ਹੁੰਦਾ ਵੀ ਛਾਂ ਹੋਊ ਕਿ ਧੁੱਪ ਹੋਊਗੀ, ਜਦੋਂ ਜੀ ਕਰਿਆ ਬੰਦਾ ਆ ਗਿਆ। ਬੰਦਾ ਘਰੇ ਵੀ ਦੇਖੇ ਵੀ ਘਰੇ ਕੀ ਹਾਲ ਹੈ, ਆ ਵੀ ਹਿਸਾਬ ਲਾਵੇ, ਤੁਸੀਂ ਮੂਹਰੇ ਤਾਂ ਹਿਸਾਬ ਲਾਇਆ ਨੀ। ਲੈ ਭਾਬੀ ਅਸੀਂ ਤਾਂ ਕਿੰਨੇ ਟਾਈਮ ਤੋਂ ਆਈਆਂ ਨਾ, ਕਿੰਨੇ ਟਾਈਮ ਤੋਂ ਅਸੀਂ ਆਈਆਂ ਗਈਆਂ, ਅਸੀਂ ਕਿਹੜਾ ਰੋਜ਼ ਆਉਣੀ ਆ। ਉਦੋਂ ਦਾ ਨੇ ਤੁਹਾਨੂੰ ਦਿਖਿਆ ਵੀ ਅਸੀਂ ਆ ਜਾਈਏ ਮਿਲ ਜਾਈਏ, ਕਿ ਉਦੋਂ ਦੇ ਉਹਨੂੰ ਅਸੀਂ ਸਾਰਾ ਕੁਝ ਕਰ ਸਕਦੀਆਂ ਸੀ, ਆ ਵੀ ਸਕਦੀਆਂ ਸੀ, ਆ ਤੇਰੀ ਬੋਲੀ ਤੋਂ ਨਹੀਂ ਆਉਂਦੀਆਂ ਨਾ, ਬੋਲੀ ਤੁਸੀਂ ਆਉਂਦਾ ਸਾਰਾ ਆਡਾ ਲਾ ਲੈਂਦੀਆਂ, ਆਪਦੀ ਬੋਲੀ ਤਾਂ ਦੇਖਦੀਆਂ ਨਹੀਂ ਆ। ਅਸੀਂ ਕੀ ਆਡਾ ਲਾ ਲਿਆ ਤੇਰੇ ਨਾਲ, ਹੈ ਅਸੀਂ ਤੈਨੂੰ ਐਂ ਕਹੇ ਸਾਨੂੰ ਮੰਜਾ ਡਾ ਦੇ ਉੱਥੇ, ਦੱਸ ਪੇਕਿਆਂ ਦੇ ਮਿਹਣੇ ਦੇਣ ਲੱਗ ਜਾਣਗੀਆਂ ਨਾ, ਮੇਰੇ ਪੇਕਿਆਂ ਨੇ ਕੀ ਮਾੜਾ ਕਰਤਾ, ਆ ਮਿੰਟ ਚ ਜਰਕ ਦੇਣੇ ਕਹਿਤਾ, ਤੇਰੇ ਪੇਕਿਆਂ ਨੂੰ ਮੰਜਾ ਡਾ, ਆਪਦੇ ਪੇਕਿਆਂ ਨੂੰ ਮੰਜਾ ਡਾ ਦਿੰਦੀ ਹੈ, ਆਪਦੇ ਪੇਕਿਆਂ ਨੂੰ ਐਂ ਕਰ ਦਿੰਦੀ ਹੈ। ਰਣਜੀਤ ਪੁਰੇ ਮੇਰੀ ਗੱਲ ਸੁਣ, ਵਾਲਾ ਪੌੜੀਆਂ ਨੂੰ ਤਾਂ ਚੜੀਦਾ ਹੁੰਦਾ, ਪਹਿਲਾਂ ਤਾਂ ਬਾਈ ਸੀ ਹੋਰ ਗੱਲ ਸੀ, ਹੁਣ ਤੂੰ ਐਂ ਤਾਂ ਸੋਚ ਲੈ ਵੀ ਸਾਨੂੰ ਕਿੰਨਾ ਦੁੱਖ ਲੱਗਿਆ ਪਿਆ ਤੇ ਅਸੀਂ ਕਿਹੜੇ ਹਾਲਾਂ ਬੜੀਆਂ, ਘਰੇ ਆ ਕੇ ਸਾਨੂੰ ਹੀ ਪਤਾ, ਸਾਡਾ ਦਿਲ ਪੁੱਛਿਆ ਜਾਣੀ ਦਾ ਗਾ ਜਦੋਂ ਸਾਨੂੰ ਕੋਈ ਮੂਹਰੇ ਦੀਂਦਾ ਨੀਗਾ। ਪਤਾ ਹੀ ਹੈ ਤੁਸੀਂ ਕਿੱਧਰ ਜਾਏਗਾ ਮਾਡੇ ਦੇਖਣਾ,
ਅੱਡੇ ਤੇ ਕਿੱਥੇ ਖੜਾ ਤੂੰ? ਅੱਡੇ ਤੋਂ ਹੀ ਆਈ ਅਸੀਂ ਤਾਂ ਉੱਥੇ ਖੜੀਆਂ ਰਹੀਆਂ ਅੱਧਾ ਘੰਟਾ ਅੱਡੇ ਤੇ ਡੀਕ ਡੀਕ ਕੇ ਤੈਨੂੰ ਆਉਂਗਾ। ਸਾਡਾ ਵੀ ਜੀ ਕਰਦਾ ਆਪਦੇ ਪੇਕੇ ਘਰੇ ਆਉਣ ਨੂੰ। ਤੂੰ ਤਾਂ ਮੈਨੂੰ ਤਾਂ ਫੋਨ ਕਰੀ ਜਾਂਦੀ, ਲਾਡੀ ਨੂੰ ਕਹਿੰਦੀ ਨਾਲ ਲੈ ਕੇ ਆਉਂਗਾ, ਉਹ ਛੱਡ ਜਾਂਦਾ ਤੁਹਾਨੂੰ। ਲਾਡੀ ਭਾਈ ਘਰੇ ਵੀ ਕੰਮ ਹੈ, ਹੁਣ ਬਹੂ ਕੱਲੀ ਸੀ। ਆਪਦਾ ਤਾਂ ਸਰਫਾ ਕਰਦੀਆਂ ਵੀ ਸਾਡਾ ਨਾ ਕਿਤੇ ਤੇਲ ਮੱਚ ਜੇ ਮੋਟਰਸਾਈਕਲ ਚੋਂ, ਇਹਨਾਂ ਦਾ ਮੱਚੀ ਜਾਵੇ ਤਾਂ ਮੱਚੀ ਜਾਵੇ। ਨੀ ਕਾਹਨੂੰ, ਉਹ ਤਾਂ ਬਹੂ ਸੀਗੀ ਕੱਲੀ ਘਰੇ ਤਾਂ ਕਰਕੇ। ਨਾਲੇ ਮੈਨੂੰ ਕੀ ਚੋਰ ਖਾਂਦੇ ਸੀ? ਤੂੰ ਮੈਨੂੰ ਐਂ ਦੱਸ ਵੇ ਮੁੰਡਿਆ, ਤੂੰ ਤਾਂ ਮੇਰੇ ਭਰਾ ਤੇ ਭੋਰਾ ਹੀ ਨੀ ਗਿਆ, ਉਹ ਤਾਂ ਇਹੋ ਜਿਹਾ ਹੈ ਨੀ ਸੀ, ਤੂੰ ਤਾਂ ਜਮੀ ਆਪਦੀ ਮਾਰਗਾ ਨਿਕਲਿਆ। ਪੂਆ ਫਿਰ ਕਰਕੇ ਕੀ ਹੁਣ ਦੱਸਾਂ, ਜਿਹੋ ਜਿਹਾ ਮਾਹੌਲ ਹੋਇਆ ਪਿਆ ਹੋਇਆ ਆਪ ਨੂੰ ਹੋਣਾ ਪੈਂਦਾ, ਤੁਹਾਨੂੰ ਪਤਾ ਹੁਣ ਐ ਟਾਈਮ ਕਿਹੜਾ ਉਤੋਂ ਦੱਸੋ ਮਾਹੌਲ ਨੂੰ ਕਿਹੜਾ ਤੁਹਾਡਾ ਕੀ ਚੱਕ ਕੇ ਲੈ ਕੇ ਜਾਣਗਾ ਗਿਆ ਹੈ। ਮੈਨੂੰ ਐ ਦੱਸ, ਜੇ ਅਸੀਂ ਆ ਗਏ ਘੜੀ ਤਾਂ ਤੁਸੀਂ ਹੁਣ ਦੋਨੇ ਮਾਂ ਪੁੱਤ ਸਾਨੂੰ ਪਾਣੀ ਦੀ ਘੁੱਟ ਤਾਂ ਸਾਨੂੰ ਪੁੱਛੀ ਨਹੀਂ ਹਜੇ ਤੱਕ। ਟਾਈਮ ਹੁੰਦਾ ਨਾ, ਮੈਂ ਤੁਹਾਨੂੰ ਉਹੀ ਗੱਲ ਕਹਿਣਾ ਹੈਗਾ, ਕੋਈ ਰੁੱਤ ਹੁੰਦੀ ਆ ਆਉਣ ਦੀ, ਆ ਗਰਮੀ ਦਾ ਦੇਖ ਲਓ, ਉੱਤੇ ਸੂਰਜ ਸਿਰ ਤੇ ਖੜਾ, ਤੁਸੀਂ ਰਾਹ ਚੋਣਾ ਤੁਰਿਆ ਹੇੜੇ ਹੇੜੇ ਕਰਦੇ। ਨਹੀਂ ਇਹਨੇ ਤਾਂ ਭੈਣੇ ਬਰਤਨ ਸਿਖਾਏ ਨਹੀਂ ਜਵਾਕ ਨੂੰ, ਜੇ ਮੱਤ ਦੇਊਗੀ ਤਾਂ ਫੇਰ ਹੀ ਆਊਗੀ। ਜੇ ਦੱਸਿਆ ਹੋਊ ਹਾਂ, ਸਾਨੂੰ ਤਾਂ ਬਥੇਰਾ ਸੀ, ਸਾਡੇ ਭਰਾ ਨੂੰ ਬਥੇਰਾ ਸੀ, ਸੋਨੂ ਨੀ ਆਇਆ ਮਗਰ ਉਹਨੂੰ ਦੇਖ ਕੇ ਹੋ ਗਏ। ਹਾਂ ਧੀਆਂ ਨੇ ਕਦੇ ਆ ਕੇ ਨਹੀਂ ਫਿਰ ਅੱਜ ਅਸੀਂ ਆ ਗਈਆਂ, ਅੱਜ ਕਿਹੜਾ ਤਾਂ ਸਾਨੂੰ ਫੁੱਲ ਪਾਤੇ ਐ ਵੀ ਸਾਨੂੰ ਆਈਆਂ ਨੂੰ ਸਾਡੇ ਪੈਰਾਂ ਥੱਲੇ ਫੁੱਲ ਵਿਛਾ ਤੇ ਵੀ ਆ ਭਾਈ ਮੇਰੇ ਨੰਦ ਆ ਗਈਆਂ। ਵਿਛੋਨੀ ਆ ਖੜ ਜੋ ਕੋਈ, ਉਹਦਾ ਹੁਣ ਟਾਈਮ ਦੇ ਹਿਸਾਬ ਨਾਲ ਹੋਈ ਇੱਜ਼ਤ ਹੁੰਦੀ ਹੁੰਦੀ ਆ, ਮੈਂ ਜੋ ਟਾਈਮ ਟੱਪ ਗਿਆ ਫਿਰ ਅੱਜ ਮੈਂ ਠੇਡੀ ਵਾ। ਨਾ ਉਹਦਾ ਲੱਛਣਾ ਕਰਕੇ ਨਹੀਂ ਆਈਆਂ, ਤੇਰੀ ਮਾਂ ਦੇ ਜਿਹੜੇ ਆ ਲੱਛਣ ਹੈਗੇ। ਨਾ ਉਹਦਾ ਦੁੱਖ ਮੰਨਿਆ ਨਹੀਂ, ਹੁਣ ਆ ਗਈ। ਮੇਰੀ ਗੱਲ ਸੁਣ, ਉਦੋਂ ਬਥੇਰਾ ਤੂੰ ਬੋਲੀ ਸੀਗੀ ਜਦੋਂ ਭਰਾ ਮੁੱਕਿਆਗਾ, ਤਾਂ ਕਰਕੇ ਸਾਨੂੰ ਵੀ ਭਾਈ ਗੁੱਸਾ ਸੀ, ਅਸੀਂ ਨਹੀਂ ਆਈਆਂ। ਹੁਣ ਸਾਡਾ ਚਿੱਤ ਕਰਿਆ ਮਿਲਣ ਨੂੰ, ਅਸੀਂ ਆ ਗਈਆਂ। ਤੇਰਾ ਤਾਂ ਨਕੌੜਾ ਉਹੀ ਆ ਜਿਹੜਾ ਪਹਿਲਾਂ ਸੀਗਾ। ਪਰ ਗਲਗੀ ਤੂੰ ਆ ਕੇ ਇੱਥੇ, ਉਹ ਚੱਲ ਮੈਂ ਅੰਦਰ ਬਹਿਣਾ, ਮੈਂ ਬੈਠਣ ਵੀ ਨੀ ਦੇਣਾ, ਅਸੀਂ ਤਾਂ ਬੈਠਣਾ ਨਹੀਂ। ਮੇਰੀ ਗੱਲ ਸੁਣ, ਅਸੀਂ ਤਾਂ ਆਪਦਾ ਘਰ ਬਾਰ ਦੇਖ ਲਿਆ, ਬਹੁਤ ਸਜਾਈ ਬੈਠੀ ਆ ਤੂੰ, ਬਹੁਤ ਚਲਕਾਈ ਬੈਠੀ ਆ ਮੇਰੇ ਭਰਾ ਤੇ। ਬਾਅਦ ਸਾਡਾ ਮਨ ਦੇ ਹੋ ਗਿਆ ਘਰ ਦੇਖ ਕੇ, ਇਸ ਤੇ ਚੱਕ ਕੇ ਝੋਲਾ ਆਪਦਾ ਜਾ ਵੜਾਂਗੇ। ਚਮਕਾਉਣ ਨੂੰ ਤੁਹਾਨੂੰ ਨੀ ਪਤਾ ਵੀ ਇਹਦੇ ਬੰਦਾ ਸਿਰ ਤੋਂ ਉੱਠ ਖੜਿਆ ਹੈ ਨਾ, ਬੰਦਾ ਸਿਰ ਤੋਂ ਉੱਠ ਖੜਿਆ ਫਿਰ ਬੁੜੀ ਆ ਜਵਾਕ ਦੀ ਮਾਰੀ ਕਰ ਸਾਰਾ ਕੁਛ, ਇਹਦੀ ਮਾਰੀ ਸਾਂਭ ਕਰ ਨੂੰ, ਉਦਾਂ ਦੀ ਮੰਜੇ ਚ ਪਈਆਂ ਤੁਸੀਂ ਤਾਂ ਆ ਕੇ ਸਾਨੂੰ ਪਤਾ ਹੀ ਇਧਰ ਆ ਮੰਜੇ ਚ ਪੈਣਾ, ਸਾਡਾ ਘਰ ਆ ਚੱਲ ਕੋਈ ਜਿਵੇਂ ਮਰਜ਼ੀ ਰਗੇ ਤੁਸੀਂ ਆ। ਹਾਂ ਸੋਡਾ ਘਰ ਹੈਗਾ ਨਾ, ਸਾਨੂੰ ਹੱਥ ਨਹੀਂ ਆਉਂਦਾ, ਸਾਡੇ ਭਰਾ ਨੇ ਸਭ ਕੁਝ ਬਣਾਇਆ ਸੀ, ਤੁਸੀਂ ਕਿਵੇਂ ਖੇਰੂ ਪੇਰੂ ਕਰ ਛੱਡਿਆਗਾ। ਹੁਣ ਫਿਰ ਕਰਗੇ ਜੀ, ਹਾਂ ਆਪਦੇ ਘਰ ਦਾ ਖਿਆਲ ਰੱਖੋ, ਨਵਾਂ ਪਾਵਾਂਗੇ ਹੁਣ ਮੌਕੇ ਤੇ ਪਾਉਣਗੇ ਨਵਾਂ ਇਹ ਨਾ। ਹੁਣ ਮੈਨੂੰ ਐਂ ਦੱਸ ਵੀ ਜਿਹੜਾ ਕੁਝ ਬਣਿਆ ਉਹ ਤਾਂ ਸਾਂਭ ਲਓ, ਨਵਾਂ ਤਾਂ ਤੁਸੀਂ ਨਹੀਂ ਬਣਾਇਆ। ਉਹ ਜਦ ਸਾਨੂੰ ਮੱਤ ਨਾ ਸਿਖਾਓ ਤੁਸੀਂ, ਮੈਂ ਤਾਂ ਇਸੀ ਚ ਬਹਿਣਾ ਜਾ ਕੇ ਇੱਥੇ ਜਾ ਜਾਵੜਾ ਭਾਈ, ਅਸੀਂ ਤੁਹਾਡੇ ਵਾਸਤੇ ਸਾਡੇ ਵਾਸਤੇ ਤੇ ਪੱਖਾ ਵੀ ਹੈ ਨਹੀਂ ਇਸ ਘਰੇ, ਅਸੀਂ ਕਿਹੜਾ ਇਸ ਘਰ ਦੀਆਂ ਧੀਆਂ ਨੇ, ਇਸ ਤਾਂ ਉੱਤੋਂ ਡਿੱਗੀਆਂ ਸੀ, ਜਦੋਂ ਤਾਂ ਜ਼ਮੀਨਾਂ ਦੇ ਅੰਗੂਠੇ ਲਵਾਉਣੇ ਸੀ ਉਹ ਤਾਂ ਤੂੰ ਵੀ ਝੋਲੇ ਲੈ ਲੈ ਭਰ ਭਰ ਜਾਂਦੀ ਸੀ, ਹੁਣ ਦੂਜੇ ਲੋਟ ਹੋਈ ਬੈਠੀ ਆ। ਅੱਗੇ ਚ ਬਥੇਰਾ ਪਾਇਆ, ਹਾਂ ਪਾਇਆਗਾ, ਤਿੰਨੇ ਲੀੜੇ ਦਿੱਤੇ ਹੋਰ ਸਾਨੂੰ ਵੀ ਸਹਾਰੇ ਦੇ ਦੇ। ਇਹ ਪਤਾ ਸੀ ਵੀ ਜ਼ਮੀਨ ਨਾ ਕਰਾਉਣੀ ਆ, ਹੁਣ ਦੋਨਾਂ ਦੇ ਨਾਂ ਲਹਾ ਕੇ ਜ਼ਮੀਨ ਕਰਾ ਕੇ ਆਉਂਦੇ ਨਾਲ ਬਹਿ ਗਈ ਜਾਂਦੀਆਂ ਸੀ, ਲੀੜੇ ਬਣਾ ਦੋ ਸਾਨੂੰ ਸੰਧਾਰਾ ਦੇ ਦੋ, ਕੀ ਕੁਛ ਨਹੀਂ ਕੀਤਾ ਨਾ, ਤੇਰੇ ਪੇਕਿਆਂ ਤੋਂ ਨਹੀਂ ਆਉਂਦਾ, ਤੂੰ ਨਹੀਂ ਲਿਆਉਂਦੀ, ਤੇਰੇ ਭਰਾ ਨਹੀਂ ਆਉਂਦੇ, ਮਾੜੀ ਮੋਟੀ ਦੇਖ ਕੇ ਸ਼ਰਮ ਮੰਨ ਲਿਆ ਕਰ। ਤੁਹਾਡੇ ਵਰਗੀ ਕਰਤੂਤ ਨਹੀਂ ਮੈਂ ਕਰਦੀ, ਨਾਲੇ ਮੈਂ ਐ ਨਹੀਂ ਜਾ ਕੇ ਆਪਦੇ ਭਰਾ ਭਰਜਾਈ ਮੂਹਰੇ ਬੋਲਦੀ, ਤੁਸੀਂ ਤਾਂ ਤੁਹਾਡੇ ਦਾ ਜੀਭ ਐਡੀ ਲੱਗੀ ਹੈ ਗਿੱਠ ਦੀ, ਕੀ ਕਰਤੂਤਾਂ ਵਰਖਦੀਆਂ ਤੂੰ ਸਾਡੀਆਂ ਹੈ, ਕੀ ਦੇਖ ਲਈ ਸਾਡੀ ਕਰਤੂਤ, ਕਰਤੂਤ ਤਾਂ ਤੂੰ ਦਿਖਾਈ ਆ ਇੱਥੇ ਗਏ ਘਰ ਦੀ ਆ ਕੇ, ਤੁਸੀਂ ਕੀ ਕਰਤੂਤ ਮੇਰੀ ਮਾੜੀ ਦੇਖ ਲਈ। ਹਾਂ
ਆ ਦਿਖੀ ਜਾਂਦਾ ਸਾਰੇ ਪਿੰਡ ਨੂੰ ਪਤਾ ਤੂੰ ਕੀ ਕਰੀ ਜਾਂਦੀ ਸਾਡੇ ਨਾਲ ਲੱਛਣ ਕਰ ਜਦੋਂ ਤਾਂ ਲੋੜ ਸੀ ਜ਼ਮੀਨ ਤੇ ਕੁੱਠੇ ਉਹ ਤਾਂ ਮੇਰੀਆਂ ਨਣਦਾ ਮੇਰੀਆਂ ਭੈਣਾਂ ਤੇ ਅੱਜ ਨੀ ਭੈਣੇ ਜਿੰਨੇ ਕ ਥੋੜੀ ਤੁਸੀਂ ਜ਼ਮੀਨ ਦਿੱਤੀ ਹੈ ਨਾ ਸਾਨੂੰ ਉਦੋਂ ਦੁੱਗਣਾ ਤੇ ਤੁਹਾਡੇ ਭੋਗੇ ਚ ਪਾਤਾ ਨਾ ਕੀ ਪਾਤਾ ਕੀ ਲੈਣੀਆਂ ਸੀ ਤੇਰਾ ਜਾ ਕੇ ਮੈਨੂੰ ਆ ਦੱਸੀ ਕੀ ਚੱਕ ਲੈਣਾ ਸਾਡੇ ਭਰਾ ਦਾ ਘਰ ਆਵਾਂਗੇ ਜੇ ਚਾਹ ਪਾਣੀ ਪੀਣਾ ਹੈ ਉਹਦਾ ਦੁੱਧ ਪਿਆ ਬਣਾ ਕੇ ਪੀ ਲਓ ਮੇਰੇ ਤੋਂ ਤਾਂ ਬਣਦੀ ਨਹੀਂ ਚਾਹ ਪਤਾ ਹੈ ਸਾਨੂੰ ਕੀ ਪ੍ਰੂਫ ਕਰੇਗੀ ਨਾ ਐ ਨਹੀਂ ਪਤਾ ਤੁਹਾਡੇ ਨਾਲ ਕੀ ਕਰੂਗਾ ਕੀ ਕਰੂਗਾ ਤੇਰਾ ਮੁੰਡਾ ਕਰ ਲੈ ਜਿਹੜਾ ਕੁਝ ਕਰਨਾ ਚਾਹ ਪਾਣੀ ਪੀਣਾ ਚੱਕੋ ਬੈਗ ਤੇ ਡੰਡੀ ਲੱਗੋ ਦੇਖ ਲਾ ਜਿਹੜਾ ਕੁਝ ਮੁੰਡੇ ਨੂੰ ਸਿਖਾਇਆ ਤਾਂ ਮੁੰਡਾ ਉਹੀ ਕਰੂਗਾ ਜਾਂ ਤੈਨੂੰ ਵੇਂਦਾ ਜਾਂ ਤੇਰੇ ਪੇਕਿਆਂ ਨੂੰ ਉਹੋ ਜਿਹਾ ਮੁੰਡਾ ਕਰੂਗਾ ਹਾਂ ਸਾਡੇ ਨਾਲ ਐ ਕਰ ਮੈਂ ਤਾਂ ਕਹਿੰਦੀ ਆ ਚੱਲ ਗਈ ਬਸ ਆਪਾਂ ਬਹੁਤ ਹੋ ਗਿਆ ਮਿਲਾਪ ਵੇਖ ਲਿਆ ਘਰ ਬਾਰ ਬਸ ਆਪਣਾ ਮਨ ਖੜ ਗਿਆ ਠੀਕ ਹੈ ਨਾ ਮਨ ਖੜ ਗਿਆ ਨਹੀਂ ਭੈਣੇ ਤੈਨੂੰ ਮੈਂ ਪਹਿਲਾਂ ਹੀ ਕਿਹਾ ਸੀ ਵੀ ਕੀ ਕਰਨਾ ਉੱਥੇ ਜਾ ਕੇ ਹੋਰ ਦੁਖੀ ਹੋਵਾਂਗੀਆਂ ਤੂੰ ਵੀ ਨਾ ਮੇਰੀ ਮੰਨੀ ਤੂੰ ਐ ਵੇਖ ਲਾ ਜਦੋਂ ਆਪਣਾ ਭਰਾ ਹੁੰਦਾ ਸੀ ਜਦੋਂ ਫੋਨ ਕਰ ਦਿੰਦੀਆਂ ਪਹਿਲੀਆਂ ਚਾਡੇ ਤੇ ਖੜਾ ਹੁੰਦਾ ਸੀ ਕਦੇ ਡੀਕਣ ਨਹੀਂ ਸੀ ਦਿੱਤਾ ਚਾਹ ਚੜ ਜਾਂਦਾ ਜੇ ਤੁਸੀਂ ਆਉਣਾ ਹੁੰਦਾ ਇੱਕ ਤਾਂ ਦੂਰ ਦੀ ਬਾਟ ਆ ਬੱਸਾਂ ਵੀ ਬਾਹਲਾ ਟਾਈਮ ਲਾ ਦਿੰਦੀਆਂ ਤੁਸੀਂ ਬੈਠੋ ਮੈਂ ਪੱਖਾ ਲਾਉਣਾ ਤੁਹਾਨੂੰ ਕਿਵੇਂ ਰਾਜਪਾਲ ਠੀਕ ਹੈ ਹਾਂ ਠੀਕ ਹੈ ਐਂ ਕਰ ਜੇ ਪਾਣੀ ਤਾਂ ਨਹੀਂ ਲਿਆ ਦੇ ਘੁੱਟ ਗਰਮੀ ਚ ਆਂਗਾ ਆਪ ਨੂੰ ਤਾਂ ਤੈਨੂੰ ਆਉੜਦੀ ਨਹੀਂ ਹੈ ਵੀ ਮੈਂ ਪਾਣੀ ਦਾ ਗਲਾਸ ਭਰ ਲਿਆ ਆਉਂਦੀ ਹੋਈ ਤੇ ਚੱਲ ਕੋਈ ਜਦੋਂ ਕੋਈ ਆਇਆ ਗਿਆ ਉਹਦਾ ਮੁੰਡਾ ਉਹਨਾਂ ਬੋਲਿਆ ਕਰਦਾ ਉਹ ਕਾਹਨੂੰ ਭੈਣੇ ਮੋਟੇ ਦਿਮਾਗ ਦੀ ਸੇੜਦੀ ਮੈਨੂੰ ਤੁਸੀਂ ਲੈ ਮੋਟੇ ਦਿਮਾਗ ਦੀ ਸੇੜਦੀ ਉਹ ਤਾਂ ਭਾਈ ਫਿਰ ਬਾਪੂ ਮੰਨੇ ਨਹੀਂ ਬਾਪੂ ਤਾਂ ਆਪਦੀ ਹਿੰਡ ਤੇ ਗਿਆ ਵੀ ਨਹੀਂ ਰਿਸ਼ਤਾ ਲੈਣਾ ਤਾਂ ਇਸੇ ਦੇ ਲੈਣਾ ਆ ਲੈ ਬਾਪੂ ਕਹਿੰਦਾ ਮੇਰੀ ਆ ਕਿ ਪੱਗ ਵਟਾਈ ਵੀ ਆ ਇਹਦੇ ਪਿਓ ਨਾ ਕਿ ਮੇਰੀ ਆ ਕਿ ਜਵਾਨ ਬੀਤੀ ਪੈਂਦੀ ਆ ਆਪਾਂ ਨੂੰ ਕਿਹਨੇ ਪੁੱਛਿਆਗਾ ਉਹਦੀ ਤਾਂ ਪੱਗ ਵਟਾਈ ਸੀ ਤਾਂ ਮਰ ਗਿਆ ਸਾਰੀ ਉਮਰ ਦਾ ਦੋਸ਼ ਕ ਮੈਨੂੰ ਖੜਾ ਕਰ ਗਿਆ ਇਹ ਤਾਂ ਹੈ ਕੋਈ ਆਏ ਗਏ ਤਾਂ ਇਹਨੂੰ ਪਤਾ ਵੀ ਕੋਈ ਪਾਣੀ ਤਾਂ ਨਹੀਂ ਫੜਾਉਣਾ ਬੰਦੇ ਨੂੰ ਕੋਈ ਚਾਹ ਪਾਣੀ ਕਰਨਾ ਨਾਲੇ ਬਾਪੂ ਦਿਨ ਰਾਤ ਆਉਂਦਾ ਜਾਂਦਾ ਸੀ ਤਾਂ ਬੁੱਝ ਬਣ ਕੇ ਖੜੀ ਰਹਿੰਦੀ ਆ ਸਾਰਾ ਦਿਨ ਚਾਹ ਹੋਰ ਦੱਸੋ ਤੁਸੀਂ ਜਵਾਕ ਜੱਲੇ ਠੀਕ ਸੀ ਸਾਰੇ ਵਧੀਆ ਨੇ ਬਸ ਤੂੰ ਆਪਣਾ 10 ਫਸਲ ਬਾੜ ਠੀਕ ਹੈ ਵਧੀਆ ਵਧੀਆ ਹੋਰ ਬਾਈ ਯਾਰ ਕੇ ਸਾਰੇ ਵਧੀਆ ਨੇ ਅੱਛਾ ਫਸਲ ਬਾੜੀ ਚੰਗੀ ਖੜੀ ਆ ਫਸਲ ਬਾੜੀ ਵਧੀਆ ਚਾਹ ਸਹੀ ਗੱਲ ਆ ਹੋਰ ਭੈਣੇ ਤੁਸੀਂ ਕਿਵੇਂ ਗੇੜਾ ਮਾਰ ਲਿਆ ਸੁੱਖ ਸ਼ਾਂਤ ਹੈਗੀ ਆ ਲੈ ਕੇ ਸੁੱਖ ਸ਼ਾਂਤ ਹੈਗੀ ਆ ਭਾਈ ਗੇੜਾ ਮਾਰ ਨੂੰ ਕਿਹੜਾ ਬਗਾਨੇ ਕਰੇ ਆਈਆਂ ਆਪਦੇ ਪੇਕਿਆਂ ਦਾ ਘਰ ਹੈ ਜਦੋਂ ਜੀ ਕਰਿਆ ਅਸੀਂ ਚੱਕ ਕੇ ਝੋਲਾ ਆ ਜਾਂਦੀਆਂ ਨਾ ਮੈਂ ਤੂੰ ਪੁੱਛ ਲਿਆ ਹਾਂ ਚੱਲ ਕੋਈ ਨਾ ਕਰ ਲਿਆ ਕਰ ਕੋਈ ਬੰਦੇ ਨੂੰ ਦੁੱਖ ਸੁੱਖ ਹੋ ਜਾਂਦੇ ਆ ਠਹਿਰ ਕੇ ਪੀਉਂਗੀਆਂ ਕੋਈ ਨਹੀਂ ਠਹਿਰ ਕੇ ਬਣਾਉਣਾ ਠਹਿਰ ਕੇ ਬਣਾ ਲਈ ਭਾਈ ਜਾ ਬਣਾ ਲਾ ਚਾਹ ਪਾਣੀ ਪੁੱਛ ਕੇ ਚਾਹ ਪਾਣੀ ਬਣਾਉਗੀ ਹਜੇ ਨਾ ਬੇਇੱਜ਼ਤੀ ਕਰਾਇਆ ਕਰ ਕੋਈ ਆਏਗੇ ਤੂੰ ਜਾ ਵਗ ਜਾ ਜੇ ਤੇਰੇ ਨਾਲ ਦੀ ਹੋਵੇ ਅੱਜ ਨੂੰ ਸਿਆਉਣੇ ਦੀਆਂ ਕੰਡਾਂ ਕੱਢ ਲੈਂਦਾ ਇਹ ਤਾਂ ਟਾਲ ਮਟੋਲੇ ਕਰਦੀ ਰਹਿੰਦੀ ਆ
ਪਹਿਲੇ ਪੈਰ ਤਾਂ ਖਾ ਕੇ ਰੋਟੀਆਂ ਉਵੇਂ ਜੇਕਰ ਸੌਂਦੀ ਨਹਾਉਂਦੀ ਨੀ ਧੋਂਦੀ ਨੀ ਤੇ ਦੁਪਹਿਰੇ ਉੱਠ ਕੇ ਕੱਪੜੇ ਧੋਣ ਲੱਗ ਜਾਂਦੀ ਹੈ। ਨੀ ਭੈਣੇ ਜਿਹੋ ਜਿਹੀ ਅਕਲ ਹੈ ਉਹੋ ਜਿਹੀ ਵਰਤ ਲੈਂਦੀ ਹੈਗੀ, ਜਿੰਨਾ ਕੁ ਇਹਨੂੰ ਸਿਖਾ ਕੇ ਤੋਰਿਆ ਉਹਨਾਂ ਨੇ ਉਹਨਾਂ ਕੁ ਕਰ ਲੈਂਦੀ ਹੈਗੀ। ਚੱਲ ਚੰਗੇ ਨੂੰ ਨਿੰਦਣਾ ਕੀ ਤੇ ਮਾੜੇ ਨੂੰ ਸਲਾਉਣਾ ਕੀ, ਮੈਂ ਤਾਂ ਆਇਆ ਵੀ ਚੱਲ ਬਾਹਰ ਖੁੱਲਾ ਹੈਗਾ, ਗੱਲ ਤਾਂ ਹਾਈ ਹੈ ਹੋਰ ਕੀ ਹੈ, ਜਵਾਕ ਪਲ ਜਾਣਗੇ ਚੱਲ ਰੋਟੀ ਪੱਕੀ ਮਿਲ ਜਾਂਦੀ ਹੈ, ਹੋਰ ਜੇ ਹੁਣ ਇਹਦੇ ਨਾਲ ਬਰਾਬਰੀ ਕਰੀਏ ਤਾਂ ਮਾਥਨ ਤਿੱਕਰ ਕਰੀ ਚੱਲੀ। ਚੱਲ ਕੋਈ ਨੀ, ਤੁਸੀਂ ਆਪਦਾ ਦੱਸੋ ਭੈਣੇ ਦੁੱਖ ਸੁੱਖ, ਇਹਦਾ ਕੀ ਆਪਾਂ ਨਿੰਦਣਾ ਇਹਨੂੰ। ਚੱਲ ਦੁੱਖ ਸੁੱਖ ਕੀ ਹੈ, ਸਾਨੂੰ ਤਾਂ ਬਥੇਰੀਆਂ ਸੌਖੀਆਂ, ਸਾਡਾ ਫਿਕਰ ਨਾ ਨਾਲੇ ਤੂੰ ਕਰਿਆ ਕਰ। ਤੇ ਜਵਾਕ ਆ ਜਾਂਦੇ ਨਾਲ ਹੈ, ਸਕੂਲ ਨੀ ਸਰਦਾ ਜਵਾਕ, ਜਵਾਕ ਹੋ ਗਏ ਹੁਣ ਵੱਡੇ, ਹੁਣ ਨੀ ਸਾਡੇ ਨਾਲ ਤੁਰਦੇ, ਉਦੋਂ ਸੀ ਗੋਦੀ ਚੱਕ ਕੇ ਆ ਜਾਂਦੀਆਂ ਸੀ ਇੱਥੇ, ਹੁਣ ਤਾਂ ਉਹ ਆਪਦੀ ਮਰਜ਼ੀ ਕਰਦੇ ਆ, ਚਿੱਤ ਕਰਦਾ ਆਉਂਦੇ ਆ, ਜਿੱਤ ਕਰਦਾ ਭਾਈ ਆਪਦੇ ਲੱਗੇ ਰਹਿੰਦੇ ਖੇਡਣ। ਸੋਹਣੀ ਗੱਲ ਆ, ਚੋਪਰ ਹੋ ਗਏ ਹੁਣ ਹੈ, ਸਹੀ ਗੱਲ ਆ, ਵਿਆਹ ਸ਼ਾਦੀ ਕਰਿਓ ਹੁਣ ਤੇ ਫਿਰ ਭਰੂਆ ਮਾ ਨਾਨਕ ਸ਼ੱਕ ਹੈ। ਕੋਈ ਨੀ ਨਾਨਕ ਸ਼ੱਕ ਤਾਂ ਭਰਨੀ ਆ ਭਾਈ ਸੁੱਖ ਨਾਲ, ਮੈਂ ਬਥੇਰਾ ਸਮਾਨ ਲੈ ਕੇ ਆਊਂਗਾ, ਐ ਪਿੰਡ ਗੱਲਾਂ ਕਰੂ ਤੁਹਾਡਾ ਵੀ ਹਾਂ ਭਾਈ ਜਵਾਕ ਦੇ ਨਾਨਕੇ ਆਏ ਸੀ ਇੱਥੇ, ਹੈ ਵੀ ਦੇ ਕੇ ਗਏ ਆ ਕੁਛ ਨਾ ਕੁਛ। ਨਾਲੇ ਤੈਨੂੰ ਅੱਧਾ ਪਿੰਡ ਤਾਂ ਜਾਣਦਾਗਾ, ਦੇਖ ਕਿੰਨੇ ਲਿਆ ਜੀ ਭੈਜੀ, ਤੂੰ ਤਾਂ ਸਾਡੇ ਪਿੰਡ 'ਚ ਹੀ ਬਣਾ ਛੱਡਿਆ, ਉੱਪਰਾ ਪਸ਼ੂਆਂ ਦਾ ਕਰਕੇ ਤੁਰਿਆ ਫਿਰਦਾ ਨਾ, ਤਾਂ ਕਰਕੇ ਪਿੰਡਾਂ 'ਚ ਹੁਣ ਪਸ਼ੂ ਤਾਂ ਦਵਾਉਣਾ ਵਾ ਲੋਕਾਂ ਨੂੰ ਪਸ਼ੂ ਢਾਂਡਾ ਕੋਈ, ਤਾਂ ਕਰਕੇ ਫਿਰ ਹੁਣ ਬਣੀ ਵੀ ਆ। ਪਹਿਲਾਂ ਤਾਂ ਹੁਣ ਭੈਣ ਹੀ ਵਿਆਹੂਗੀ ਮੁੰਡੇ ਨੂੰ, ਮੇਰੇ ਮੁੰਡੇ ਦੀ ਵਾਰੀ ਹੈ 2 ਸਾਲਾਂ ਨੂੰ ਆਊਗੀ। ਚਲੋ ਕੋਈ ਨਹੀਂ ਭਾਈ, ਸਭ ਦਾ ਟਾਈਮ ਆ ਜਾਊਗਾ। ਹਾਂ ਇਹ ਤਾਂ ਹੈ। ਚਲੋ ਐਂ ਕਰੋ ਫਿਰ ਇਹਨੇ ਬਣਾਉਂਦੀ ਆ ਚਾਹ ਪਾਣੀ, ਚਲੋ ਅੱਜ ਅੰਦਰ ਬਹਿ ਜਾਓ ਏਸੀ ਚ, ਇੱਥੇ ਕਿਹੜੀ ਹਵਾ ਲੱਗਣੀ ਆ, ਨਾ ਪੱਖਾ ਲਾਉਣ ਦਿੱਤਾ ਤੁਸੀਂ, ਇੱਥੇ ਪੱਖੇ ਨੂੰ ਮੈਂ ਤਾਂ ਐ ਸੀ ਵੀ ਆਰਾਮਦਾਰੀ ਆ ਵਧੀਆ ਨਿੰਮ ਜੇ ਥੱਲੇ। ਚਲੋ ਜੇ ਤੂੰ ਕਹਿਣਾ ਤਾਂ ਭਾਈ ਜਾ, ਮੈਂ ਲੱਗਦਾ ਬਾਈ ਦਾ ਜਦੋਂ ਦਾ ਬੱਸਾਂ ਤੇ ਲੱਗਿਆ ਹੁੰਦਾ ਹੈ ਨਾ, ਬਸ 2 ਸੂਟ ਪਾ ਲਿਆ ਹੀ ਦੇ, ਅੱਜ ਵੇਖ ਲਾ ਜਮਾ ਆਪਣੀ ਕਦਰ ਨਹੀਂ ਇਸ ਘਰੇ, ਆਖਰ ਹੈ ਤਾਂ ਆਪਾਂ ਵੀ ਇਸ ਘਰ ਦੀਆਂ ਧੀਆਂ ਹੀ, ਐਵੇਂ ਤਾਂ ਨਹੀਂ ਕਿਸੇ ਨੇ ਕਿਹਾ ਕਿ ਮਾਪੇ ਅੱਗੇ ਹੁੰਦੇ ਆ ਮਾਂ ਪਿਓ ਨਾਲ, ਜਾਂ ਕਿ ਸਿਆਣੇ ਭਰਾ ਹੋਣ ਉਹਨਾਂ ਨਾਲ, ਤੇ ਭਰਾ ਤਾਂ ਬਥੇਰਾ ਸਿਆਣਾ ਸੀ, ਗਾਹ ਇਹ ਕਹੇ ਘਰ ਦੀ ਆ ਗਈ, ਹੁਣ ਆਪਣਾ ਇੱਥੇ ਜ਼ੋਰ ਨਹੀਂ ਚੱਲਦਾ ਕੋਈ, ਭਰਾ ਦੇ ਤਾਂ ਇਹ ਪੈਰ ਵਰਗੀ ਵੀ ਨਹੀਂ ਹੈਗੀ, ਹਾਂ ਜੇ ਜੀ ਇਹ ਆਈ ਹੈਗੀ ਇੱਥੇ, ਉਹੀ ਤਾਂ ਗੱਲ ਹੈ, ਸਾਰਾ ਘਰ ਖੇਰੂ ਖੇਰੂ ਕਰਤਾ ਇਹਨੇ। ਚੱਲ ਹੁਣ ਚੱਲੀਏ ਆਪਾਂ, ਕੀ ਚਾਹਾਂ ਕਰਕੇ ਪੀਣੀਆਂ ਕੀ ਨਾ ਪੀਤੇ ਵਰਗੀਆਂ, ਚਾਚੇ ਕੇ ਹੋ ਚੱਲਦੀਆਂ, ਚਾਚਾ ਬਿਮਾਰ ਉਹਨੂੰ ਮਿਲ ਚੱਲਦੀਆਂ, ਤੇ ਉੱਥੇ ਚਾਹ ਪਾਣੀ ਪੀ ਲਾਂਗੇ। ਨਹੀਂ ਮੇਰਾ ਤਾਂ ਉੱਥੇ ਵੀ ਜਾਣ ਨੂੰ ਜੀ ਨਹੀਂ ਕਰਦਾ, ਉਹਨੇ ਕਿਹੜਾ ਚਾਚੇ ਦੇ ਮੁੰਡੇ ਨੇ ਆਪਣੇ ਨਾਲ ਘੱਟ ਕੀਤੀ ਹੈ, ਜੇ ਉਹ ਨਾ ਬੈਰੀ ਬਣਦਾ ਤਾਂ ਅੱਜ ਆਪਣਾ ਘਰ ਉੱਜੜਨਾ ਵੀ ਨਹੀਂ। ਬੈਰੀ ਤਾਂ ਨਾ ਬਣ ਗਿਆ ਉਹ ਜਿਹੜਾ ਬਣ ਗਿਆ, ਪਰ ਉਹਦਾ ਤਾਂ ਆਪਣੇ ਨਾਲ ਮੋਹ ਪਿਆਰ ਹੈਗਾ, ਚਾਚੇ ਨੇ ਤਾਂ ਚੱਕ ਚੱਕ ਪਾ ਲਿਆ ਆਪਾਂ ਨੂੰ, ਉਹਨੇ ਤਾਂ ਨਹੀਂ ਮਾੜੀ ਕਰੀ, ਜੇ ਉਹਦੇ ਪੁੱਤ ਨੇ ਕਰਤੀ ਤਾਂ ਆਪੇ ਭਰ ਲੂਗਾ ਇੱਥੇ। ਚੱਲ ਖੜੀ ਹੋ ਜਾ, ਉੱਥੋਂ ਪੀ ਲਾਂਗੇ ਪਾਣੀ, ਹੈ ਨਹੀਂ ਹੁਣ ਆਪਣੇ ਕਰਮਾਂ 'ਚ ਇਸ ਘਰ ਦਾ ਕੁਛ ਦਿਖਿਆ ਵਾ, ਬਸ ਕਿਹੜਾ ਆਪਦਾ ਐਂ ਹੋ ਗਿਆ ਵੀ ਪੇਕੀ ਜਾ ਆਈਆਂ। ਆ ਜਾ ਤੁਸੀਂ, ਬਸ ਪਏ ਰਿਹਾ ਕਰੋ, ਕੋਈ ਕੰਮ ਨਾ ਕਰਿਓ। ਕੀ ਕੰਮ ਕਰਨਾ, ਸਵੇਰ ਦੇ ਪਏ ਹੋ ਇੱਥੇ, ਕਦੇ ਮੰਜਾ ਉੱਥੇ ਡਾਲੇ ਨੂੰ, ਕਦੇ ਇੱਥੇ ਡਾਲੇ ਨੂੰ, ਜਿੱਥੇ ਛਾਂ ਹੋਊਗੀ ਫਿਰ ਉੱਥੇ ਹੀ ਡਾਉਂਗਾ। ਚੰਦਰਾ ਕੀ ਏਸੀ ਚ ਬਹਿ ਜਾਓ। ਨਾ ਨਾ ਏਸੀ ਕਿੱਥੇ ਲੋਟ ਆਉਂਦਾ, ਮੈਂ ਕਹਿੰਦੀ ਸੀ ਹੁਣ ਤਾਂ 2-3 ਘੰਟੇ ਹੋ ਗਏ ਮੰਮੀ ਹੋਰ ਗੰਗਾ ਹੋਗਾ ਨੂੰ, ਮਾੜੇ ਰਾਜਪਾਲ ਨੂੰ ਫੋਨ ਕਰਕੇ ਪੁੱਛ ਲੈਂਦੇ ਵੀ ਉਹ ਲੈ ਗਿਆ ਸੀ ਮੰਮੀ ਹੋਰ ਨੂੰ ਕਿ ਨਹੀਂ। ਰਾਜਪਾਲ ਨੂੰ ਮੈਂ ਕੀ ਫੋਨ ਲਾਉਣਾ ਸੀ, ਪਹਿਲਾਂ ਤਾਂ ਤੜਕੇ ਉਹਨੇ ਮੇਰਾ ਮਸਾ ਫੋਨ ਚੱਕਿਆ, ਦੂਜੀ ਗੱਲ ਮਾਸੀ ਨੂੰ ਫੋਨ ਲਾਇਆ ਸੀ, ਮੰਮੀ ਤਾਂ ਇੱਥੇ ਭੁੱਲ ਗਿਆ ਦਾ ਫੋਨ, ਮਾਸੀ ਵਾਲਾ ਫੋਨ ਜਾਂ ਨੋਟਰੀ ਚ ਬੁਲਾਈ ਜਾਂਦਾ, ਮੈਨੂੰ ਲੱਗਦਾ ਬੈਟਰੀ ਬੂਟਰੀ ਲੋ ਹੋ ਗਈ ਹੋਊਗੀ ਉਹਦੀ। ਮੈਨੂੰ ਤਾਂ ਕੌਣ ਦੀ ਫਿਕਰ ਲੱਗੀ ਪਈ ਆ, ਮੈਂ ਪਤਾ ਨਹੀਂ ਗੰਗਾ ਹੋਣਗੇ ਕਿ ਨਾ, ਬਾਗੀਆਂ ਹੋਣਗੀਆਂ, 45 ਮਿੰਟ ਦਾ ਰਾਹ, 2 ਘੰਟੇ ਹੋ ਗਏ, ਹੁਣ ਤਾਂ ਬੈਠੀਆਂ ਗੱਲਾਂ ਗੁੱਲਾਂ ਕਰੀ ਜਾਂਦੀਆਂ ਹੋਣਗੀਆਂ, ਤਾਂ ਹੀ ਤੁਹਾਨੂੰ ਯਾਦ ਨਹੀਂ ਗਾ, ਬਾਕੀ ਲੈ ਕੇ ਆਊਗਾ ਰਾਜਪਾਲ ਆ ਕੇ ਮੌਕੇ ਤੇ ਉੱਥੇ, ਮੈਂ ਫੋਨ ਕਰਤਾ ਸੀ। ਮਾਮੀ ਤੁਹਾਨੂੰ ਇੰਨੀ ਭਾਰੀ ਲੱਗਦੀ ਆ, ਬਿਠਾ ਰੱਖਿਓ ਗੱਲਾਂ ਕਰੀ ਜਾਂਦੀ ਹੋਊਗੀ, ਉਹ ਕੀ ਪਤਾ ਹੁੰਦਾ ਹੁਣ 2 ਸਾਲਾਂ ਤੋਂ ਗਈਆਂ ਮੰਮੀ ਵਰਗੀਆਂ,
ਠੀਕ ਹੈ ਕੀਵਤਾਲੀ ਦਾ ਮਨ ਬਦਲ ਗਿਆ ਹੋਵੇ ਬਾਕੀ ਉਹ ਵੀ ਕੱਲੀ ਹੈ ਕੀਵਤਾ ਉਹਦਾ ਵੀ ਦਿਲ ਕਰਦਾ ਹੈ ਗੱਲਾਂ ਕਰਨ ਨੂੰ ਜੇ ਹੁਣ ਇਹ ਦੋਵੇਂ ਜਣੇ ਜਾਵੜੀਆਂ ਦਿਲ ਤਾਂ ਹੌਲਾ ਕਰਨਗੇ ਇੱਕ ਦੂਜੇ ਨਾਲ ਹਾਂ ਇਹ ਵੀ ਐਂ ਥੋੜਾ ਵੀ ਘਰੋਂ ਕੱਢ ਦੂ ਉਹਨੂੰ ਹਾਂ ਐਂ ਨਹੀਂ ਹੁੰਦਾ ਘਰੋਂ ਕੌਣ ਕੱਢਦਾ ਹੁੰਦਾ ਪਹਿਲੀ ਗੱਲ ਆਏਗਾ ਇਹਨੂੰ ਜੇ ਵੀ ਆਪਣੇ ਆ ਜੇ ਆਪਾਂ ਘਰੋਂ ਕੱਢਦਾ ਕਿਸੇ ਨੂੰ ਸੁਭਾਅ ਹੋਰ ਆ ਨਾ ਮਾਮੀ ਦਾ ਮੈਂ ਦੇਖੀ ਜਦੋਂ ਮੈਂ ਗਈ ਸੀ ਨਾ ਇੱਕ ਵਾਰ ਤੁਹਾਡੇ ਨਾਲ ਮੈਂ ਦੇਖਿਆ ਸੀ ਹੈ ਨਹੀਂ ਚੱਜਦਾ ਸੁਭਾਅ ਮਾਮੀ ਦਾ ਸੁਭਾਅ ਦਾ ਰੁੱਖੇ ਸੁਭਾਅ ਦੀ ਆ ਪਹਿਲੇ ਦਿਨ ਜਦੋਂ ਮਾਮਾ ਚਾਹੁੰਦਾ ਸੀਗਾ ਨਾ ਉਹੀ ਰੱਖਦਾ ਸੀ ਖਿੱਚ ਕੇ ਇਹਨੂੰ ਉਹ ਉਦੋਂ ਵੀ ਐਂ ਕਰਦੇ ਹੁੰਦੇ ਸੀ ਲਚਕੜੀ ਚੇਂਜ ਆਏ ਜੇ ਕੋਈ ਬੈਠ ਜਾਂਦਾ ਸੀ ਬੰਦਾ ਠੀਕ ਹੈ ਚਾਹ ਪੀਓਗੇ ਐਂ ਨਹੀਂ ਕਹਿੰਦੀ ਸੀ ਵੀ ਚਾਹ ਲਿਆਵਾਂ ਚਾਹ ਪੀਓਗੇ ਕਿ ਨਹੀਂ ਐਂ ਬੋਲ ਦਿੰਦੀ ਸੀ ਵੀ ਆ ਦੇ ਜਾਣੀ ਪਹਿਲਾਂ ਹੀ ਨਾ ਨਾ ਕਰ ਦਿੰਦੀ ਸੀਗੀ ਚੱਲ ਐਂ ਕਹਿ ਦੂਗਾ ਵੀ ਚੱਲ ਬਸ ਮਾਮੇ ਦਾ ਡਰ ਨਹੀਂ ਰਿਹਾ ਹੁਣ ਹਾਂ ਹੁਣ ਬਸ ਉਹੀ ਗੱਲ ਆ ਬਾਕੀ ਰਾਜਪਾਲ ਚਮੜਾ ਆ ਰੱਖਿਆ ਪਹਿਲਾਂ ਦੀਆਂ ਪਹਿਲਾਂ ਵੀ ਮਾਮੇ ਨੂੰ ਕਹਿੰਦੇ ਸੀ ਆਹ ਚੀਜ਼ ਲਿਆ ਦੇ ਜਿਹਨੂੰ ਇੱਥੇ ਲੈ ਕੇ ਜਾ ਐਂ ਕਰ ਇਹ ਕਰ ਉਹ ਕਰ ਆਹ ਖੇਡ ਲਿਆ ਦੇ ਉਦੋਂ ਵੀ ਚਮੜਾ ਤਾ ਹੁਣ ਵੀ ਬਸ ਹੁਣ ਇਕੱਲਾ ਹੋ ਗਿਆ ਬਸ ਪਹਿਲਾਂ ਦੀ ਪਹਿਲਾਂ ਉਹਦੇ ਕੋਲੇ ਗਾਈਆਂ ਗੁਈਆਂ ਬਾਬਾ ਸੀਗੀਆਂ ਵੇਚਤੀਆਂ ਸਾਰਾ ਜੇ ਨਾ ਚੰਬਲੇ ਹੋਣਾ ਕੱਲ ਨੂੰ ਵਿਆਹ ਹੈਗਾ ਅਗਲਾ ਕੋਈ ਨਹੀਂ ਸੁਣਦਾ ਮਾਮੀ ਦੀ ਠੁੱਡੇ ਮਾਰਨਗੇ ਇਹਨੂੰ ਸੁਣੂ ਕਿੱਥੇ ਉਹੀ ਤਾਂ ਗੱਲ ਆ ਯਾਰ ਨਾਲੇ ਮੰਮੀ ਦਾ ਫੋਨ ਆਇਆ ਸੀ ਮੇਰੀ ਦਾ ਉਹ ਕਹਿੰਦੀ ਸੀ ਸੌਣ ਕਰਕੇ ਦੋ ਦਿਨ ਇੱਥੇ ਲਾ ਜਾ ਚੱਲ ਕੋਈ ਨਾ ਯਾਰ ਜਾ ਆਈ ਪੇਕੇ ਤਾਂ ਪਰ ਤੂੰ ਦੱਸ ਦਿੰਦੀ ਨਾ ਮੰਮੀ ਨੂੰ ਵੀ ਮੰਮੀ ਅਰਗੀਆਂ ਗਈਆਂ ਵੀ ਐ ਤਾਂ ਮੈਂ ਕਹਿਤਾ ਸੀ ਮੰਮੀ ਤਾਂ ਹੀ ਕਹਿੰਦੀ ਸੀ ਕਿ ਕੱਲ ਨੂੰ ਤੇਰੇ ਵੀਰ ਨੂੰ ਭੇਜ ਦੂ ਜਾਂ ਲਾਡੀ ਛੱਡ ਜੂਗਾ ਤਾਂ ਬਾਲੀ ਵਧੀਆ ਗੱਲ ਆ ਦੇਖ ਲੈਣਾ ਫਿਰ ਕੋਈ ਗੱਲ ਨਹੀਂ ਜਾ ਆਉਂਗਾ ਹੋਰ ਤਾਂ ਕੀ ਆ ਪਾਣੀ ਦੀ ਬਾਰੀ ਸੀਗੀ ਹੋਰ ਤਾਂ ਕੀ ਹੈਗਾ ਮੈਂ ਆਥ ਨੇ ਜਾ ਵੜਾਂਗੇ ਫਿਰ ਹਾਂ ਐ ਠੰਡੇ ਜੇ ਵਗ ਜਾਾਂਗੇ ਹਾਂ ਕੁਛ ਨਹੀਂ ਬਿਆਰ ਕਿਨੂੰ ਆ ਜਾਂਦੇ ਪਹਿਲਾਂ ਉਹਨਾਂ ਨੂੰ ਪੁੱਛਦੇ ਆ ਕੀ ਹਾਲ ਚਾਲ ਆ ਫਿਰ ਉਸ ਤੋਂ ਬਾਅਦ ਕਰਾਂਗੇ ਰਹਿ ਚੱਲ ਦੇਖ ਲੋ ਫਿਰ ਕਿਵੇਂ ਕਰਨਾ ਤੇਰੀ ਮਾਸੀ ਦਾ ਨਹੀਂ ਨਾ ਪਤਾ ਮਾਸੀ ਰਹਿ ਪਏ ਇੱਥੇ ਹਾਂ ਫਿਰ ਤਾਂ ਜਾਣਾ ਔਖਾ ਨਾ ਹਾਂ ਉਹੀ ਤੈਨੂੰ ਮੈਂ ਗੱਲ ਕਹੀ ਫਿਰ ਤਾਂ ਤੇ ਮੰਮੀ ਨੂੰ ਮੈਂ ਹਾਂ ਨਹੀਂ ਕੀਤੀ ਮੈਂ ਪੁੱਛ ਕੇ ਫਿਰ ਦੱਸੂਗੀ ਮੈਂ ਤੇ ਕੁਲਦੀਪ ਨੂੰ ਕਦੇ ਉਹ ਲੈ ਜਾਊਗਾ ਕਿ ਨਾ ਲੈ ਤਾਂ ਉਹ ਜਾਊਗਾ ਚੱਲ ਤੁਸੀਂ ਮਾਰੇ ਆਉਂਦੇ ਕਿਹੜਾ ਕਿੰਨਾ ਟਾਈਮ ਹੋ ਗਿਆ ਤੁਸੀਂ ਕਿਹੜਾ ਗਏ ਹੋ ਚਲ ਜਾ ਆਉਂਗਾ ਕੋਈ ਗੱਲ ਦੇਖਦੇ ਆ ਚੱਲ ਬੰਦੇ ਐਂ ਕਰਿਓ ਆਥਨੇ ਵਗ ਜਾਓ ਉਹ ਸਵੇਰ ਨੂੰ ਆ ਜਾਓ ਨਾ ਰਾਤ ਤਾਂ ਔਖਾ ਫਿਰ ਬੇਬੇ ਕੱਲੀ ਇੱਥੇ ਚੱਲ ਠੀਕ ਹੈ ਛੱਡੇ ਆਉਂਗਾ ਤੈਨੂੰ ਮੈਂ ਸਵੇਰੇ ਜਾ ਸ਼ਾਮ ਨੂੰ ਆ ਜਾਊਂਗਾ ਚਾਹੇ ਕਰ ਲੋ ਹਾਂ ਹੁਣ ਆ ਕੇ ਤੂੰ ਰੋਟੀ ਪਾਣੀ ਖਾ ਲੋਗੇ ਇੱਥੇ ਬੈਠੇ ਰਹੋਗੇ ਹਣਾ ਭੁੱਖ ਨਹੀਂ ਗਈ ਮੈਂ ਤਾਂ ਫਿਕਰ ਲੱਗਿਆ ਪਿਆ ਬੇਬੇ ਵਰਗੀਆਂ ਦਾ ਪਤਾ ਨਹੀਂ ਫੋਨ ਲਾ ਕੇ ਦੇਖੋ ਨਾ ਦੁਬਾਰੇ ਫੋਨ ਨਹੀਂ ਚੱਕਦਾ ਫੋਨ ਚੱਕੇ ਤਾਂ ਸਹੀ ਚੱਕਦਾ ਨਹੀਂ ਕੱਟ ਦਿੰਦਾ ਮੂੰਹ ਤੁਸੀਂ ਮਾੜਾ ਮੋਟਾ ਤਾਂ ਸਮਝਾਇਆ ਕਰੋ ਉਹਨੂੰ ਚਲ ਥੋੜਾ ਹਾਨ ਪ੍ਰਮਾਨ ਦਾ ਥੋੜੀ ਗੱਲ ਤਾਂ ਸੁਣੂਗਾ ਵੀ ਐਂ ਕਿਉਂ ਕਰਦਾ ਇਹ ਕੋਈ ਨਹੀਂ ਗੱਲ ਸੁਣਦਾ ਬਈ ਕਿੰਨੇ ਚਿਰ ਕਿੰਨਾ ਦੇਖ ਤਾਂ ਲੈ ਇੱਕ ਆ ਬੁੜੀ ਜੀ ਬੋਲਣ ਲਾ ਰੱਖਿਆ ਫੋਨ ਤੇ ਬੋਲ ਪੈਂਦੀ ਮੂੰਹ ਨੋਟ ਰੀਚਵ ਲਗਾ ਕੇ ਇਹ ਕੱਟ ਦਿੰਦੀ ਆ ਗੱਲ ਕੀ ਦਾ ਫੋਨ ਆ ਗਿਆ ਮੰਮੀ ਹੈਲੋ ਹਾਂ ਪੁੱਤ ਹਰਪ੍ਰੀਤ ਕੀ ਹਾਲ ਹੈ ਤੇਰਾ ਵਧੀਆ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਹੋਰ ਮੇਰੇ ਜਮਾਈ ਦਾ ਕੀ ਹਾਲ ਹੈ ਵਧੀਆ ਮੰਮੀ ਤੇ ਸੱਸ ਮਾਂ ਤੇਰੀ ਕੀ ਕਰਦੀ ਹੈ ਕੁਛ ਨਹੀਂ ਬੈਠੇ ਨੇ ਮੰਮੀ ਤਾਂ ਅੱਛਾ ਤੇ ਤੇਰੀ ਨੰਦ ਕੋਲੇ ਭੰਡਾਰਾ ਦੀ ਹੈ ਹਾਂਜੀ ਦੇ ਆਂਦਾ ਅੱਛਾ ਕੀ ਕੁਛ ਲੈ ਕੇ ਗਈ ਸੂਟ ਲੈ ਕੇ ਗਏ ਸੀਗੇ ਮੰਮੀ ਬਿਸਕੁਟ ਵਗੈਰਾ ਜਿਹੜਾ ਕੁਛ ਹੁੰਦਾ ਉਹ ਲੈ ਕੇ ਵਗ ਗਏ ਸੀ ਅਸੀਂ ਹਾਂ ਸੱਸ ਦਾ ਸੂਟ ਲੈ ਗਏ ਸੀਗੇ ਤੇ ਲਾਡੀ ਵਾਸਤੇ ਲੈ ਗਏ ਸੀਗੇ ਕੁੜਤਾ ਪਜਾਮਾ ਉਹਦੇ ਮਨਿੰਦਰ ਦੇ ਦੋ ਤਿੰਨ ਸੂਟ ਲੈ ਗਏ ਸੀਗੇ ਹਾਂ ਮੰਮੀ ਮੈਂ ਨਾਲ ਹੀ ਸੀ ਕੱਪੜੇ ਤਾਂ ਬਹੁਤ ਵਧੀਆ ਲਏ ਪੂਰੇ ਮਹਿੰਗੇ ਲਏ ਆ ਸੂਟ ਤਾਂ ਸੀ ਇੱਕ ਤਾਂ ਮੰਮੀ 5000 ਦਾ ਲਿਆ ਹਾਂ ਕੀ ਹੋ ਗਿਆ ਬੇਚਾਰੀ ਰੋਜ਼ ਮੰਗਦੀ ਹੈ ਜਾ ਕੇ ਖੜਦੀ ਆਪਣੇ ਪੁੱਤ ਤੂੰ ਕਮਲੀ ਹੋਈ ਹੈ ਤੇਰਾ ਘਰ ਹੀ ਖਰਾਬ ਹੁੰਦਾ ਆਏ ਸਾਲ 5-5 ਹਜ਼ਾਰ ਵਾਲੇ ਸੂਟ ਦੇ ਦੇਗੀ ਮੰਮੀ ਬੁੜੀ ਤਾਂ ਤੁਹਾਡੀ ਤੇਰੇ 5-5 ਹਜ਼ਾਰ ਵਾਲੇ ਕੱਪੜਿਆਂ ਤੇ ਗਿੱਜ ਜੂਗੀ ਤੂੰ ਉਹੇ ਜੀ ਰਹਿ ਜੇਗੀ ਕੋਈ ਨਾ ਮੇਰੀ ਕੱਲੀ ਕੱਲੀ ਨਨਾਣ ਹੈਗੀ ਆ ਫੇਰ ਕਿਉਂ ਗਏ ਜੇ ਸੂਟ ਦੇ ਦੂੰਗੀ ਤਾਂ ਮੈਂ ਪੁੱਤ ਮੇਰੀ ਗੱਲ ਸੁਣ ਮੇਰੀ ਧੀ ਹੈ ਕਿ ਮੇਰਾ ਦਿਲ ਦੁਖੀ ਹੋਇਆ ਤਾਂ ਮੈਂ ਤੈਨੂੰ ਤਾਂ ਸਮਝਾਉਣੀ ਆ ਦੇਖ ਘਰ ਤਾਂ ਤੇਰਾ ਤੇ ਤੇਰਾ ਘਰ ਹੀ ਪਛਾਣ ਹੋ ਜਾਂਦਾ ਜੇ ਤੂੰ ਅੱਜ ਹੱਥ ਪੁੱਟੇਂਗੀ ਨਾ ਉੱਤੋਂ ਫੇਰ ਹੀ ਕੰਮ ਬਣੂ
ਤੁਸੀਂ ਕਹਿਣਾ ਕੀ ਚਾਹੁੰਦੇ ਮੰਮੀ, ਸਾਫ ਸਾਫ ਦੱਸੋ ਨਾ। ਮੈਂ ਤੈਨੂੰ ਪੁੱਤਾਂ ਇਹ ਕਹਿੰਦੀ ਆ ਵੀ ਘਰ ਤੇਰਾ ਹੀ ਖਰਾਬ ਹੁੰਦਾ ਹੈ, ਜੇ ਅੱਜ ਤੂੰ ਨਾ ਇੰਨਾ ਖੁੱਲਾ ਚੱਲਦੀ ਹੈ ਤੇ ਚਾਰ ਦਿਨਾਂ ਨੂੰ ਤੂੰ ਪਛਤਾਏਂਗੀ, ਤੇਰੀ ਨੰਦ ਤਾਂ ਫਿਰ ਇੱਧਰ ਹੀ ਝਾਕਣ ਲੱਗ ਜੂਗੀ ਵੀ ਮਹਿੰਗੇ ਕੱਪੜੇ ਮੈਨੂੰ ਬਣਾਉਣ ਦੀ ਲੋੜ ਨੀ, ਵੀ ਮੇਰੇ ਪੇਕੇ ਹੀ ਲੈ ਕੇ ਆਇਆ ਕਰਨ। ਨਹੀਂ ਨਹੀਂ ਮੰਮੀ, ਉਹਦਾ ਕੋਈ ਇਰਾਦਾ ਹੈ ਨੀ ਇਹੋ ਜਿਹਾ, ਉਹ ਤਾਂ ਸੂਟ ਉਹ ਮਸਾ ਲਏ ਉਹਨੇ ਫੜਦੀ ਨੀ ਸੀਗੀ, ਕਹਿੰਦੀ ਤੁਸੀਂ ਆ ਗਏ ਇਹੀ ਬਹੁਤ ਆ ਕਹਿੰਦੀ ਮੇਰੇ ਤਾਂ। ਪੁੱਤ ਤੂੰ ਭੋਲੀ ਐ, ਤੈਨੂੰ ਨੀ ਪਤਾ, ਤੈਨੂੰ ਕਿਤੇ ਆਏ ਕਿਹਾ ਵੀ ਮੇਰੀ ਭਰਜਾਈ ਵਾਸਤੇ ਵੀ ਮੈਂ ਕੋਈ ਵਧੀਆ ਚੀਜ਼ ਲੈ ਜਾ ਤੇਰੇ ਵਾਸਤੇ ਕਦੇ ਲਿਆ ਕੇ ਦਿੱਤੀ ਉਹਨੇ? ਨਹੀਂ ਮੰਮੀ। ਤੇ ਫੇਰ ਪੁੱਤ ਤੂੰ ਕਿਉਂ ਕਮਲੀ ਹੋਈ ਆ, ਆਪਦੀ ਸੱਸ ਨੂੰ ਵੀ ਸਮਝਾ, ਅੱਬਲ ਤਾਂ ਤੇਰੀ ਸੱਸ ਨੇ ਤਾਂ ਆਪਦੀ ਧੀ ਕੰਨੀ ਜਾਣਾ ਹੀ ਆ, ਆਪਦੇ ਬੰਦੇ ਨੂੰ ਸਮਝਾ, ਆਪਦੀ ਮੁੱਠੀ ਚ ਕਰ। ਠੀਕ ਹੈ ਮੰਮੀ। ਇੰਨਾ ਇੰਨਾ ਖਰਚ ਨੀ ਪੁੱਤ ਕਰਦੇ ਹੁੰਦੇ। ਠੀਕ ਹੈ ਮੰਮੀ। ਹੁਣ ਤੂੰ ਮੇਰੀ ਧੀ ਆ, ਮੈਂ ਤੇਰੇ ਤੇ ਕਿੰਨਾ ਕੁ ਕਰਦੀ ਆ ਹੱਥ। ਹਾਂ ਮੈਨੂੰ ਤਾਂ ਮੇਰਾ ਤਾਂ ਚਿੱਤ ਦੁਖੀ ਹੁੰਦਾ ਪੁੱਤ। ਚਲੋ ਕੋਈ ਗੱਲ ਨੀ ਮੰਮੀ, ਮੇਰੀ ਗੱਲ ਸੁਣੋ, ਐਵੇਂ ਤੁਸੀਂ ਬਾਹਲਾ ਫਿਕਰ ਨਾ ਕਰਿਆ ਕਰੋ, ਚੱਲ ਜਿਵੇਂ ਤੁਸੀਂ ਕਹਿੰਦੇ ਮੈਂ ਉਵੇਂ ਹੀ ਕਰ ਲੂੰਗੀ। ਤੈਨੂੰ ਕਰਨਾ ਪਊਗਾ, ਤੇਰਾ ਘਰ ਖਰਾਬ ਹੁੰਦਾ ਹੈ। ਹਾਂਜੀ ਮੰਮੀ। ਤੂੰ ਅੱਜ ਸੰਭਲ ਜਾਏਗੀ ਨਾ, ਤੇਰਾ ਘਰ ਫੇਰ ਹੀ ਬਚੂਗਾ, ਤੇਰੀ ਸੱਸ ਤਾਂ ਤੁਹਾਨੂੰ ਸੰਭਲ ਕਰ ਦੂਗੀ। ਠੀਕ ਹੈ ਮੰਮੀ। ਅੱਜ ਤਾਂ ਉਹ 5-5 ਹਜ਼ਾਰ ਵਾਲੀ ਕੱਪੜੇ ਦਿੰਦੀ ਹੈ, ਚਾਰ ਦਿਨਾਂ ਨੂੰ ਕੋਈ ਤੂੰ ਮਸ਼ਾਲਾ ਕੋਈ ਹੋਰ ਚੀਜ਼ਾਂ ਦੇਣ ਲੱਗ ਜੂਗੀ, ਉਹਦੀ ਧੀ ਤਾਂ ਉਵੇਂ ਕਹਿੰਦੀ ਨੀ ਪੁੱਤ। ਅਸੀਂ ਸੋਚੀ ਜਾਂਦੇ ਸੀ ਕਿ ਮੰਮੀ ਭੈਣ ਨੂੰ ਅਸੀਂ ਚੈਨ ਪਾ ਦਈਏ। ਪੁੱਤ ਤੂੰ ਕਮਲੀ ਹੋਈ ਐ, ਤੇਰਾ ਬਰੋਬਰ ਬਣਾ ਕੇ ਦਿੰਦੀ ਹੈ ਤੇਰੀ ਸੱਸ? ਮੰਮੀ ਮੈਨੂੰ ਤਾਂ, ਮੇਰੇ ਕੋਲ ਤਾਂ ਸਭ ਕੁਛ ਹੀ ਹੈ, ਵਿਆਹ ਬੜੇ ਪਾਇਆ ਤਾਂ ਹੈਗਾ ਇਹਨਾਂ ਨੇ, ਕੋਈ ਚੀਜ਼ ਦੀ ਕਮੀ ਛੱਡੀ ਹੈ ਮੈਨੂੰ? ਪੁੱਤ ਜੇ ਆਪਦੀ ਧੀ ਨੂੰ ਦਿੰਦੇ ਆ ਨਾ ਨੀਤੂ ਵੀ ਬਰੋਬਰ ਸਮਝਣਾ, ਫੇਰ ਫਰਕ ਹੁੰਦਾ। ਓਹੋ ਮੰਮੀ ਮੈਨੂੰ ਬਰਾਬਰ ਹੀ ਸਮਝਦੇ, ਮੇਰੇ ਨਾਲ ਤਾਂ ਕੋਈ ਫਰਕ ਹੀ ਨੀ ਕਰਦੇ ਇਹ, ਨਾ ਇਹ ਕਰਨ, ਨਾ ਮੰਮੀ ਕਰੇ, ਨਾ ਭੈਣ ਕਰੇ। ਮੰਮੀ ਤੁਹਾਨੂੰ ਨਾ ਉਹੀ ਲੱਗਦਾ, ਭੈਣ ਵੀ ਨਾਲ ਬਾਲਾ ਵਧੀਆ ਰਹਿੰਦੀ ਆ, ਕੋਈ ਨਾ ਹਜੇ ਚੀਜ਼ ਨਹੀਂ ਲਿਆ ਕੇ, ਉਹ ਕਿਹੜਾ ਬੇਚਾਰੀ ਰੋਜ਼ ਆਉਂਦੀ ਹੈ, ਚੀਜ਼ ਤਾਂ ਮੈਨੂੰ ਤਾਂ ਲਿਆ ਕੇ ਦਵੇ, ਜਦੋਂ ਗੇੜਾ ਮਾਰੂਗੀ ਤਾਂ ਚੀਜ਼ ਤਾਂ ਲਿਆਊਗੀ, ਖਾਲੀ ਹੱਥ ਥੋੜੀ ਆਊਗੀ। ਨਾਲੇ ਮੈਨੂੰ ਕੋਈ ਦੇਣ ਲੈਣ ਦਾ ਨੀ ਹੈਗਾ ਵੀ ਮੇਰੇ ਵਾਸਤੇ ਉਹ ਨੀ ਲਿਆਈ, ਐ ਨੀ ਲਿਆਈ। ਠੀਕ ਹੈ ਮੰਮੀ। ਠੀਕ ਹੈ ਮੰਮੀ, ਮੈਂ ਸਮਝ ਗਈ ਤੁਸੀਂ ਕੀ ਕਹਿੰਦੇ ਹੋ। ਪੁੱਤ ਮੈਂ ਤੈਨੂੰ ਪੜਾਇਆ ਲਿਖਾਇਆ ਇੱਥੇ ਗੱਲ ਦੀ ਹੱਥ ਰਹਿ ਵੀ ਅਗਲਾ ਤੇਰੇ ਨਾਲ ਚਲਾਕੀ ਨਾ ਖੇਡੇ। ਮੰਮੀ ਚਲਾਕੀ ਤੇ ਮੇਰੇ ਨਾਲ ਕੋਈ ਨੀ ਖੇਡੀ ਜਾਂਦਾ, ਮੈਂ ਹੁਣ ਕਿਵੇਂ ਤੁਹਾਡੀ ਗੱਲ ਮੰਨੀ ਜਾਵਾਂ ਧੱਕੇ ਨਾਲ? ਪੁੱਤ ਦੇਖ ਮੇਰੀ ਗੱਲ ਸੁਣ। ਹਾਂ ਆ ਮੈਂ ਤਾਂ ਤੈਨੂੰ ਪਾਸੇ ਹੋ ਕੇ ਫੋਨ ਕੀਤਾ। ਅੱਛਾ ਤੈਨੂੰ ਪਤਾ ਹੀ ਹੈ ਪੁੱਤ। ਹਾਂ ਹਾਂ ਮੰਮੀ ਮੈਨੂੰ ਸਭ ਪਤਾ ਹੈ, ਮੈਨੂੰ ਪਤਾ ਗੱਲ ਨਾ ਯਾਦ ਕਰੇਂਗੀ, ਫੇਰ ਉਹ ਟਾਈਮ ਨਹੀਂ ਹੱਥ ਆਉਣਾ। ਚੱਲ ਠੀਕ ਹੈ ਮੰਮੀ, ਮਾੜੀ ਗੌਰ ਕਰੀ ਪੁੱਤ ਮੇਰੀ ਗੱਲ ਤੇ। ਚੰਗਾ ਮੰਮੀ, ਓਕੇ।
ਚੱਲ ਠੀਕ ਆ ਪੁੱਤ। ਚੰਗਾ ਚੰਗਾ, ਤੁਸੀਂ ਠੀਕ ਰਹਿੰਦੇ ਹੋ? ਬਾਹਰ ਨਿਕਲ ਕੇ ਕੀ ਕਰਨਾ ਤੁਸੀਂ, ਬਸ ਬੈਠੇ ਰਿਹਾ ਕਰੋ ਕਮਰੇ ਚ। ਭਾਬੀ ਹੈਗੀ ਨਾ ਕੰਮ ਕਰਨ ਨੂੰ, ਬਸ ਓਹਨੂੰ ਲਾਈ ਰੱਖਿਆ ਕਰੋ ਕੰਮ ਤੇ। ਭਾਬੀ ਨੂੰ ਤਾਂ ਕਹਿ ਦੂ ਵੀ ਕੰਮ ਜਿਹੜਾ ਅੱਜ ਤੂੰ ਮੈਨੂੰ ਆਹ ਸੰਸਾ ਲਾ ਤਾ ਵੀ ਮੇਰੀ ਸੱਸ ਇੰਨਾ ਇੰਨਾ ਖਰਚ ਕਰਿਆ ਈ। ਓਹੋ ਅੱਗੇ ਨੀ ਹੁੰਦੀਆਂ। ਚੱਲ ਮੇਰੀ ਗੱਲ ਸੁਣੋ, ਕੋਈ ਨਾ ਜਿਹੜਾ ਕਰਤਾ ਕਰਤਾ, ਅੱਗੇ ਤੋਂ ਮੈਂ ਕੋਈ ਖਰਚ ਨੀ ਕਰਨ ਦਿੰਦੀ ਮੇਰੀ ਨਨਾਣ ਤੇ, ਠੀਕ ਹੈ? ਠੀਕ ਹੈ ਮੰਮੀ, ਮੈਂ ਫਾਲਤੂ ਗੱਲ ਵੀ ਨੀ ਕਰਨ ਦਿੰਦੀ ਦੀਦੀ ਨਾਲ, ਤੇ ਨਾ ਹੀ ਮੈਂ ਇਹਨਾਂ ਨੂੰ ਕਰਨ ਦਵਾਂ ਗੱਲ। ਠੀਕ ਹੈ ਮੰਮੀ, ਚੱਲ ਠੀਕ ਹੈ ਮੰਮੀ। ਮੰਮੀ ਦੀ ਗੱਲ ਤਾਂ ਠੀਕ ਹੈ, ਮੈਂ ਤੇ ਗੱਲ ਤੇ ਗੌਰ ਹੀ ਨੀ ਕੀਤੀ ਸੀ। ਮੈਂ ਤਾਂ ਉਹ ਮੰਮੀ ਦੇ ਪਿੱਛੇ ਲੱਗ ਕੇ ਸਮਾਨ ਦੇ ਜਾਂਦੀ ਚੱਕ ਚੱਕ ਕੇ ਘਰੋਂ। ਹਾਏ, ਹਜੇ ਤਾਂ ਮੈਂ ਸੂਰ ਤੁਹਾਨੂੰ ਦੱਸਿਆ ਸੀਗਾ, ਮੰਮੀ ਨੂੰ ਵੀ ਮੈਂ ਆਪਦੇ ਦੇਣ ਨੂੰ ਤਿਆਰ ਹੋਈ ਤੇ ਨਹੀਂ ਹੋਰ ਬੋਲਦੀ ਮੈਨੂੰ। ਕੋਈ ਨਾ, ਜਿੰਨਾ ਖਾ ਲਿਆ ਖਵਾਤਾ, ਹੁਣ ਤੂੰ ਅੱਗੇ ਤਾਂ ਨੀ ਕੁਛ ਰੱਖਣ ਦਿੰਦੀ ਮੰਮੀ ਨੂੰ, ਨਾ ਉਹਨੂੰ ਦੇਣ ਦੇਵਾਂ ਅੱਗੇ। ਠੀਕ ਹੈ, ਇਹਨਾਂ ਨੂੰ ਤਾਂ ਮੈਂ ਜਾਣ ਵੀ ਨਹੀਂ ਦਿੰਦੀ ਉਹਦੇ ਕੋਲ।